ਤੁਸੀਂ ਇਹ ਸੋਚ ਕੇ ਹੈਰਾਨ ਹੋਵੋਗੇ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਦੋ ਵੱਡੇ ਉਮਦਾ ਕਲਾਕਾਰ ਯੋਗਰਾਜ ਸਿੰਘ ਅਤੇ ਗੱਗੂ ਗਿੱਲ ਕਿਉਂ ਇੱਕ ਦੂਜੇ ਨਾਲ ਲੜਾਈ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਤਸਵੀਰ ਅਤੇ ਵੀਡੀਓ ਗੱਗੂ ਗਿੱਲ ਅਤੇ ਯੋਗਰਾਜ ਸਿੰਘ ਦੀ ਨਵੀਂ ਆ ਰਹੀ ਪੰਜਾਬੀ ਮੂਵੀ ਦੁੱਲਾ ਵੈਲੀ ਦੀ ਸ਼ੂਟਿੰਗ ਟਾਈਮ ਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਮੂਵੀ ਰੀਵੈਂਜ ਡਰਾਮਾ ਤੇ ਆਧਾਰਿਤ ਹੈ ਤੇ ਇਹ ਭਰਪੂਰ ਐਕਸ਼ਨ ਮੂਵੀ ਹੋਵੇਗੀ। ਇਸ ਮੂਵੀ ਨੂੰ ਡਾਇਰੈਕਟ ਕਰ ਰਹੇ ਹਨ ਦੇਵੀ ਸ਼ਰਮਾ। ਇਹ ਮੂਵੀ 7 ਦਸੰਬਰ ਨੂੰ ਰਿਲੀਜ਼ ਹੋਵੇਗੀ।